ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਸੋ ਕਰੰਟ ਅਫੇਅਰ 2021 ਪੰਜਾਬ ਪੁਲਿਸ ਦੇ ਇਗਜ਼ਾਮ ਲਈ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਕਰੰਟ ਅਫੇਅਰ ਜਿਹੜੇ ਫਰਵਰੀ ਮੰਥ ਤੋਂ ਲੈ ਕੇ ਅਗਸਤ ਮੰਥ 2021 ਤੱਕ ਦੇ ਨੇ ਸਾਰੇ ਕੁਐਸਚਨ ਤੁਹਾਨੂੰ ਇਹਦੇ ਵਿੱਚ ਪ੍ਰੋਵਾਈਡ ਕਰਾਂਗੇ ਜੋ ਵੀ 올림픽 ਖੇਡਾਂ ਹੋਈਆਂ ਨੇ ਜਾਂ ਜੋ ਵੀ ਐਕਟੀਵਿਟੀ ਹੋਈਆਂ ਨੇਗੀਆਂ ਸੋ ਸਾਰੇ ਕੁਐਸਚਨ ਮੋਸਟ ਇੰਪੋਰਟੈਂਟ ਨੇ ਇਗਜ਼ਾਮ ਦੇ ਵਿੱਚ ਕਰੰਟ ਅਫੇਅਰ ਦੇ ਕੁਐਸਚਨ ਜਿਹੜੇ ਪੁੱਛੇ ਜਾਂਦੇ ਐ 5 ਤੋਂ ਲੈ ਕੇ 10 ਨੰਬਰਾਂ ਤੱਕ ਤੁਹਾਨੂੰ ਵੀਡੀਓ ਦੇ ਵਿੱਚ ਪ੍ਰਸ਼ਨ ਪੁੱਛੇ ਜਾਣਗੇ ਸੋ ਸੈੱਟ ਦੇ ਵਿੱਚ ਤੁਹਾਨੂੰ ਇਹ ਸਾਰੇ ਪ੍ਰ ਸੋ ਵੀਡੀਓ ਜ਼ਰੂਰ ਰੀਡ ਕਰ ਲਿਆ ਕਰੋ 3 ਵਜੇ ਕਲਾਸ ਹੁੰਦੀ ਹੈ ਬਾਕੀ ਨਾਲ ਦੀ ਨਾਲ ਨੋਟ ਤੁਸੀਂ ਕਰ ਸਕਦੇ ਹੋ ਪੰਜਾਬ ਪੁਲਿਸ ਦਾ ਐਗਜ਼ਾਮ ਹੈੜਾ 26 ਸਤੰਬਰ ਨੂੰ ਹੋਣ ਜਾ ਰਿਹਾ ਹੈ ਸੋ ਕਰੰਟ ਅਫੇਅਰ ਤੁਹਾਡੀ ਚੰਗੀ ਮੈਟ ਦੇ ਵਿੱਚ ਸਹਾਇ ਹੁੰਦੇ ਨੇ ਤਾਂ ਸਟਾਰਟ ਕਰਦੇ ਹਾਂ ਜੀ ਤਾਂ ਪਹਿਲਾ ਪ੍ਰਸ਼ਨ ਹੈ ਉੱਤਰੀ ਭਾਰਤ ਵਿੱਚ ਪਹਿਲਾ ਕੁੱਤਿਆਂ ਦਾ ਪਾਰਕ ਹੈ ਜਿਹੜਾ ਉਹ ਕਿੱਥੇ ਸਥਾਪਿਤ ਕੀਤਾ ਗਿਆ ਨਵੀਂ ਦਿੱਲੀ ਚੰਡੀਗੜ੍ਹ ਗੁਰਦਾਉ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਪਾਰਕ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਸਥਾਪਿਤ ਕੀਤਾ ਗਿਆ ਉੱਤਰੀ ਭਾਰਤ ਦੇ ਵਿੱਚ ਪਹਿਲਾ ਕੁੱਤਿਆਂ ਦਾ ਪਾਰਕ ਹੈ ਜਿਹੜਾ ਆਪਸ਼ਨ B ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕਿਸ ਰਾਜ ਸਰਕਾਰ ਨੇ 2 ਲੱਖ ਕਿਸਾਨਾਂ ਦੇ ਖਾਤੇ ਦੇ ਵਿੱਚ 400 ਕਰੋੜ ਰੁਪਏ ਟਰਾਂਸਫਰ ਕੀਤੇ ਨੇ? ਉੱਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਦੀ ਸਰਕਾਰ ਨੇ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਇਹ ਸਰਕਾਰ ਹੈ ਜੀ ਮੱਧ ਪ੍ਰਦੇਸ਼ ਦੀ ਸਰਕਾਰ ਨੇ ਕਿਸਾਨਾਂ ਦੇ 20 ਲੱਖ ਕਿਸਾਨਾਂ ਦੇ ਖਾਤੇ ਵਿੱਚ ਜਿਹੜਾ 400 ਕਰੋੜ ਰੁਪਏ ਟਰਾਂਸਫਰ ਕੀਤੇ ਨੇ অপਸ਼ਨ ਸੀ ਸਾਡਾ রাইਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਹਾਲ ਹੀ ਵਿੱਚ ਅਕਾਲ ਚਲਾਣਾ ਕਰ ਗਏ ਨੇ ਜੋ ਇੰਦਰਜੀਤ ਦੇਵ ਮਸ਼ਹੂਰ ਸਨ ਕੌਣ ਸੀ ਕਿ ਇਹਦੇ ਨਾਲ ਸੰਬੰਧਿਤ ਸਨ ਇਹ ਲੇਖਕ ਸੀਗੇ ਅਦਾਕਾਰ ਸੀ ਗਾਇਕ ਸੀ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇੰਦਰਜੀਤ ਦੇਵ ਸੀ ਜਿਹੜੇ ਮਸ਼ਹੂਰ ਅਦਾਕਾਰ ਸੀ ਜਿਹੜੇ ਹਾਲ ਹੀ ਵਿੱਚ ਇਹਨਾਂ ਦਾ ਦਿਹਾਤ ਹੋ ਗਿਆ ਹੈ অপਸ਼ਨ B ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਕਿਸ ਰਾਜ ਸਰਕਾਰ ਨੇ ਸਪਾਰਸ਼ ਲੇਪਰੋਸੀ ਜਾਗਰੂਕਤਾ ਮੁਹਿੰਮ 2021 ਸ਼ੁਰੂ ਕੀਤੀ ਹੈ ਕਰਨਾਟਕ 오ਡੀਸਾ ਮਹਾਰਾਸ਼ਟਰ ਜਾਫਰੀਨਾ ਵਿੱਚੋਂ ਕੋਈ ਨਹੀਂ ਤਾਂ ਇਹ ਸਰਕਾਰ ਹੈ ਜੀ ਕਰਨਾਟਕ ਦੀ ਸਰਕਾਰ ਨੇ ਸਪਾਰਸ਼ ਲੇਪਰੋਸੀ ਜਾਗਰੂਕਤਾ ਜਿਹੜੀ ਮੁਹਿੰਮ ਹੈ 2021 ਦੀ ਇਹ ਸਟਾਰਟ ਕੀਤੀ ਗਈ ਹੈ ਕਰਨਾਟਕ ਸਰਕਾਰ ਦੇ ਵੱਲੋਂ অপਸ਼ਨ A ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਅੰਤਰਰਾਸ਼ਟਰੀ ਸਿਲਕ ਮੇਲੇ ਦੇ 8ਵੇਂ ਸੰਸਕਰਨ ਦਾ ਉਦਘਾਟਨ ਕਿਸ ਨੇ ਕੀਤਾ ਹੈ ਨਰਿੰਦਰ ਮੋਦੀ ਸ਼੍ਰੀਮਤੀ ਰਾਨੀ ਰਾਜਨਾਥ ਸਿੰਘ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਿਲਕ ਮੇਲੇ ਦਾ ਜੋ 8ਵਾਂ ਸੰਸਕਰਨ ਹੈ ਤਾਂ ਇਹਦਾ ਉੱਤਰ ਅਟੈਂਡੈਂਟਾ ਸ਼੍ਰੀਮਤੀ ਇਰਾਨੀ ਨੇ ਕੀਤਾ ਹੈ। ਆਪਸ਼ਨ B ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਹਾਲ ਹੀ ਵਿੱਚ ਆਈਐਸ ਅਧਿਕਾਰੀ ਰਾਜੀਵ ਰੰਜਨ ਨੂੰ ਕਿਹੜੇ ਰਾਜ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ? ਉੱਤਰਾਖੰਡ, ਉੱਤਰ ਪ੍ਰਦੇਸ਼, ਤਾਮਿਲਨਾਡੂ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਰਾਜੀਵ ਰੰਜਨ ਨੂੰ ਜਿਹੜਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹ ਤਾਮਿਲਨਾਡੂ ਰਾਜ ਦਾ ਕੀਤਾ ਗਿਆ ਹੈ। ਆਈਐਸ ਅਧਿਕਾਰੀ ਨੇ ਹਰਜੀਵ ਰੰਜਨ ਅਤੇ ਤਾਮਿਲਨਾਡੂ ਰਾਜਧਾਨੀ ਨੂੰ ਮੁੱਖ ਸਕੱਤਰ ਨਿਯੁਕਤਤਾ ਜਿਹੜਾ ਉਹ ਕੀਤਾ ਗਿਆ ਹੈ ਅਗਲਾ ਪ੍ਰਸ਼ਨ ਹੈ ਹਾਲ ਹੀ ਵਿੱਚ ਅਕਾਲ ਚਲਾਣਾ ਕਰ ਗਏ ਹਿਲਟਨ ਵੈਲੈਂਟਾਈਨ ਇੱਕ ਮਸ਼ਹੂਰ ਸੀ ਇਹ ਕੌਣ ਸੀਗੇ ਲੇਖਕ ਸੀਗੇ ਗਿਟਾਰਵਾਦਕ ਸੀਗੇ ਗਾਇਕ ਸੀਗੇ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇੱਕ ਗਿਟਾਰਵਾਦਕ ਸੀਗੇ ਜੋ ਕਲਾਚਰਨਾ ਕਰਗੇ ਨੇ ਇਹਨਾਂ ਦਾ ਨਾਮ ਹੈ ਹਿਲਟਨ ਵੈਲੈਂਟਾਈਨ ਸੋ ਇਹ ਗਿਟਾਰਵਾਦਕ ਸੀਗੇ ਗਿਟਾਰ ਵਜਾਉਂਦੇ ਸੀ ਅਗਲਾ ਪ੍ਰਸ਼ਨ ਹੈ ਵਿਸ਼ਵ ਰੇਡੀਓ ਦਿਵਸ ਕਦੋਂ ਮਨਾਇਆ ਜਾਂਦਾ ਹੈ 9 ਫਰਵਰੀ 11 ਫਰਵਰੀ 10 ਫਰਵਰੀ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਵਿਸ਼ਵ ਰੇਡੀਓ ਦਿਵਸ ਜਿਹੜਾ ਉਹ 11 ਫਰਵਰੀ ਨੂੰ ਮਨਾਇਆ ਜਾਂਦਾ ਹੈ ਸੋ ਕੁਐਸਚਨ ਨੋਟ ਕਰ ਲਿਓ ਮੋਸਟ ਇੰਪੋਰਟੈਂਟ ਹੈ 11 ਫਰਵਰੀ ਆਪਸ਼ਨ ਬੀ ਅਗਲਾ ਪ੍ਰਸ਼ਨ ਹੈ ਸ਼ਹਿਰੀ ਸਥਾਨਕ ਸੰਸਥਾ ਸੁਧਾਰਾਂ ਨੂੰ ਲਾਗੂ ਕਰਨ ਵਾਲਾ ਛੇਵਾਂ ਰਾਜ ਕਿਹੜਾ ਹੈ? ਉੜੀਸਾ, ਤੇਰਪੁਰਾ, ਗੋਆ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਸ਼ਹਿਰੀ ਸਥਾਨਕ ਸੰਸਥਾ ਸੁਧਾਰਾਂ ਨੂੰ ਲਾਗੂ ਕਰਨ ਵਾਲਾ ਛੇਵਾਂ ਰਾਜ ਹੈ ਜਿਹੜਾ ਉਹ ਗੋਆ ਹੈ। ਆਪਸ਼ਨ ਸੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕਿਸ ਰਾਜ ਮੰਤਰੀ ਮੰਡਲ ਨੇ ਹਾਲ ਹੀ ਵਿੱਚ ਰੀਵਾਰਡ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਕਿਹੜੀ ਸਟੇਟ ਹੈ ਤਿਰਪੁਰਾ ਉੜੀਸਾ ਮਨੀਪੁਰ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਰਾਜ ਹੈ ਉੜੀਸਾ ਆਪਸ਼ਨ ਬੀ ਉੜੀਸਾ ਰਾਜ ਦੇ ਮੰਤਰੀ ਮੰਡਲ ਨੇ ਰਿਵਾਰਡ ਪ੍ਰੋਜੈਕਟ ਹੈ ਜਿਹੜਾ ਇਸ ਨੂੰ ਮਨਜ਼ੂਰੀ ਦਿੱਤੀ ਹੈ ਅਗਲਾ ਪ੍ਰਸ਼ਨ ਹੈ ਹਾਲ ਹੀ ਵਿੱਚ ਵੀਪੀ ਜੋਈ ਨੂੰ ਕਿਸ ਰਾਜ ਦਾ ਵਾਧੂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ ਉੱਤਰਾਖੰਡ ਉੱਤਰ ਪ੍ਰਦੇਸ਼ ਕੇਰਲ ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਨਹੀਂ ਤਾਂ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਜੀ ਕੇਰਲਾ ਦਾ ਆਪਸ਼ਨ ਸੀ ਜੋ ਵੀਪੀ ਜੋਈ ਨੇ ਕੇਰਲਾ ਰਾਜ ਦਾ ਇਹਨਾਂ ਨੂੰ ਵਾਧੂ ਮੁੱਖ ਸਕੱਤਰ ਜਿਹੜਾ ਨਿਯੁਕਤ ਕੀਤਾ ਗਿਆ ਹੈ ਆਪਸ਼ਨ ਸੀ ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਹਾਲ ਹੀ ਵਿੱਚ ਫਲਿੱਪਕਾਰਟ ਨੇ ਸਥਾਨਕ ਕਾਰੀਗਰਾਂ ਜੁਲਾਹਾਂ ਅਤੇ ਸ਼ਿਲਪਕਾਰੀਆਂ ਦੀ ਸਹਾਇਤਾ ਲਈ ਕਿਸ ਰਾਜ ਨਾਲ ਸਾਂਝ ਕੀਤੀ ਹੈ ਹਰਿਆਣਾ ਮਹਾਰਾਸ਼ਟਰ ਮੱਧ ਪ੍ਰਦੇਸ਼ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਸਟੇਟ ਹੈ ਜੀ ਮਹਾਰਾਸ਼ਟਰ ਮਹਾਰਾਸ਼ਟਰ ਨਾਲ ਜਿਹੜੀ ਸਾਂਝ ਕੀਤੀ ਹੈ ਫਲਿੱਪਕਾਰਟ ਨੇ ਜੋ ਸਥਾਨਕ ਕਾਰੀਗਰ ਨੇ ਜੁਲਾਹਾ ਨੇ ਸ਼ਿਲਪਕਾਰੀਆਂ ਨੇ ਇਹਨਾਂ ਦੀ ਸਹਾਇਤਾ ਕਰਨ ਲਈ ਆਪਸ਼ਨ B ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਹਾਲੀ ਵਿੱਚ ਕਿਹੜਾ ਦੇਸ਼ ਏਸ਼ੀਆ ਪ੍ਰਾਂਤ ਵਿੱਚ ਸਾਈਬਰ ਹਮਲੇ ਵਿੱਚ ਦੂਜਾ ਬਣ ਗਿਆ ਹੈ? ਯਾਨੀ ਕਿ ਦੂਸਰੇ ਸਥਾਨ ਤੇ ਹੈ। ਨੇਪਾਲ, ਬੰਗਲਾਦੇਸ਼, ਭਾਰਤ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਇਹ ਦੇਸ਼ ਹੈ ਜੀ ਭਾਰਤ। ਆਪਸ਼ਨ ਸੀ ਜੋ ਏਸ਼ੀਆ ਪ੍ਰਾਂਤ ਦੇ ਵਿੱਚ ਪ੍ਰਸ਼ਾਂਤ ਦੇ ਵਿੱਚ ਸਾਈਬਰ ਹਮਲੇ ਦੇ ਵਿੱਚ ਦੂਸਰਾ ਦੇਸ਼ ਹੈ ਜਿਹੜਾ ਬਣ ਗਿਆ। ਅਗਲਾ ਪ੍ਰਸ਼ਨ ਹੈ ਹਾਲ ਹੀ ਵਿੱਚ ਭਾਰਤ ਨੇ ਕਿਸ ਦੇਸ਼ ਨਾਲ 100 ਮਿਲੀਅਨ ਡਾਲਰ ਦੇ ਕਰਜ਼ੇ ਦਾ ਸਮਝੌਤਾ ਕੀਤਾ ਹੈ ਜਪਾਨ ਯੂ ਐਸ ਏ ਮੋਰੀਸ਼ਸ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਭਾਰਤ ਨੇ ਜਿਹੜਾ 100 ਮਿਲੀਅਨ ਡਾਲਰ ਦਾ ਕਰਜ਼ੇ ਦਾ ਸਮਝੌਤਾ ਕੀਤਾ ਉਹ ਕੀਤਾ ਮੋਰੀਸ਼ਸ ਨਾਲ ਆਪਸ਼ਨ ਸੀ ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਕਿਸ ਦੇਸ਼ ਦੀ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਭੰਗ ਹੋਈ ਸੰਸਦ ਨੂੰ ਬਹਾਲ ਕੀਤਾ ਹੈ ਅਸਾਮ 네ਪਾਲ ਤਿਰਪੁਰਾ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਸੁਪਰੀਮ ਕੋਰਟ ਹੈ ਜੀ 네ਪਾਲ ਦੀ অপਸ਼ਨ B ਜਿਨੇ ਹੈ ਜੋ ਭੰਗ ਹੋਈ ਸੰਸਦ ਨੂੰ ਮੁੜ ਬਹਾਲ ਕੀਤਾ ਹੈ অপਸ਼ਨ B ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਹਾਲੀ ਵਿੱਚ TRAI ਜਿਹਦੀ ਫੁੱਲ ਫਾਰਮ ਹੈ ਟੈਲੀਫੋਨ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਸਾਬਕਾ ਚੇਅਰਮੈਨ ਦਾ ਦਿਹਾਂਤ ਜਿਹੜਾ ਹੋ ਚੁੱਕਿਆ ਹੋ ਗਿਆ ਹੈ ਉਹਦਾ ਨਾਮ ਕੀ ਸੀਗਾ ਉਹਨਾਂ ਦਾ ਨਾਮ ਦੱਸਣਾ ਹੈ ਵਿਜੇਂਦਰ ਗਾਰਗ ਰਾਜਕੁਮਾਰ ਸਿੰਘ ਰਾਹੁਲ ਖੁੱਲਰ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਉਹਨਾਂ ਦਾ ਨਾਮ ਸੀਗਾ ਆਪਸ਼ਨ ਸੀ ਰਾਹੁਲ ਖੁੱਲਰ ਜੋ TRAI ਕੰਪਨੀ ਦੇ ਸਾਬਕਾ ਚੇਅਰਮੈਨ ਸੀ ਇਹਨਾਂ ਦਾ ਦਿਹਾਂਤ ਹੈ ਜਿਹੜਾ ਹੋ ਗਿਆ ਹੈ ਅਗਲਾ ਪ੍ਰਸ਼ਨ ਹੈ ਵਾਤਾਵਰਣ ਮੰਤਰਾਲੇ ਨੇ ਹਾਲ ਹੀ ਵਿੱਚ ਕਿਸ ਪ੍ਰਜਾਤੀ ਦੀ ਸੰਭਾਲ ਲਈ ਇੱਕ ਰਾਸ਼ਟਰੀ ਕਾਰਜ ਯੋਜਨਾ ਜਾਰੀ ਕੀਤੀ ਹੈ ਸਮੁੰਦਰੀ ਕਛੂ ਮਹਾਨ ਭਾਰਤੀ ਬਸਟਰਡ ਬ੍ਰਹਮਪੁੱਤਰ ਡਾਲਫਿਨ ਜਾਂ ਫਿਰ ਕਾਲਾ ਹਿਰਨ ਤਾਂ ਇਹ ਕੀ ਕੀਤੀ ਹੈ ਜੀ ਸਮੁੰਦਰੀ ਕਛੂ ਦੇ ਲਈ ਜੋ ਵਾਤਾਵਰਣ ਮੰਤਰਾਲਾ ਤਾਂ ਸਮੁੰਦਰੀ ਕਛੂ ਜੋ ਪ੍ਰਜਾਤੀ ਹੈ ਇਸ ਦੀ ਸੰਭਾਲ ਲਈ ਇੱਕ ਰਾਸ਼ਟਰੀ ਕਾਰਜ ਯੋਜਨਾ ਜਾਰੀ ਕੀਤੀ ਹੈ ਆਪਸ਼ਨ ਏ ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਕਿਹੜੇ ਬੈਂਕ ਨੇ ਨਵਾਂ ਚੇਨਈ ਸਮਾਰਟ ਕਾਰਡ ਲਾਂਚ ਕੀਤਾ BOB ICICI ਬੈਂਕ HDFC ਬੈਂਕ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਬੈਂਕ ਹੈ ਜੀ ICICI ਬੈਂਕ ਆਪਸ਼ਨ B ਜਿਹਨੇ ਜਿਹੜਾ ਨਵਾਂ ਚੇਨਈ ਸਮਾਰਟ ਕਾਰਡ ਲਾਂਚ ਕੀਤਾ ਹੈ অপশন B ਸਾਡਾ রাইਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ 5 ਲੱਖ ਕੋਵਿਡ ਟੀਕੇ ਪੂਰਾ ਕਰਨ ਵਾਲਾ ਪਹਿਲਾ ਰਾਜ ਕਿਹੜਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਸੋ ਇਸ 100% ਚਾਂਸ ਨੇ ਕਿ ਇਹ ਪੁੱਛਿਆ ਹੀ ਪੁੱਛਿਆ ਜਾਏਗਾ ਜਿਨੇ 5 ਲੱਖ ਕੋਵਿਡ ਟੀਕੇ ਪੂਰੇ ਕੀਤੇ ਨੇ ਕਿਹੜੀ ਸਟੇਟ ਆ ਉਹ ਉੱਤਰ ਪ੍ਰਦੇਸ਼ ਮਹਾਰਾਸ਼ਟਰ ਮੱਧ ਪ੍ਰਦੇਸ਼ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਸਟੇਟ ਹੈ ਜੀ ਉੱਤਰ ਪ੍ਰਦੇਸ਼ অপশন বি ਇਹਨੇ 5 ਲੱਖ ਕੋਵਿਡ ਟੀਕੇ ਪੂਰੇ ਕੀਤੇ ਨੇ অপশন এ ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਸਰਕਾਰ ਨੇ ਹਾਲ ਹੀ ਵਿੱਚ ਕਿੰਨੇ ਸਮੇਂ ਤੱਕ ਬੈਂਡ ਗੈਸ ਰੂਟਾਂ ਦੇ 100% ਬਿਜਲੀ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ 2028 ਤੱਕ 2025 ਤੱਕ 2023 ਤੱਕ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਦਾ 8T ਚਾ ਪੂਰਾ ਕੀਤਾ ਜੀ 2023 ਤੱਕ অপਸ਼ਨ ਸੀ 2023 ਤੱਕ ਬੈਂਡ ਗੈਸ ਰੂਟਾਂ ਦੇ 100% ਬਿਜਲੀਕਰਨ ਦਾ ਟੀਚਾ ਜਿਹੜਾ ਸਰਕਾਰ ਨੇ ਨਿਰਧਾਰਤ ਕੀਤਾ ਹੈ 2023 ਤੱਕ অপਸ਼ਨ ਸੀ ਸਾਡਾ ਰਾਈਟ ਆਨਸਰ ਆਏਗਾ ਸੋ ਦੋਸਤੋ ਇਹ ਸੈੱਟ 1 ਦੇ ਵਿੱਚੋਂ ਮੋਸਟ ਇੰਪੋਰਟੈਂਟ ਕੁਐਸਚਨ ਨੇ ਸੋ ਕੰਟੀਨਿਊ ਤੁਹਾਨੂੰ ਇਹ ਕੁਐਸਚਨ ਪ੍ਰੋਵਾਈਡ ਕਰਦੇ ਰਹਾਂਗੇ ਐਗਜ਼ਾਮ ਤੋਂ ਪਹਿਲਾਂ ਪਹਿਲਾਂ ਅਗਸਤ ਤੱਕ ਤੁਹਾਨੂੰ ਸਾਰੇ ਕੁਐਸਚਨ ਨੇ ਪ੍ਰੋਵਾਈਡ ਕਰ ਦਿੱਤੇ ਜਾਣਗੇ ਸੋ ਨਾਲ ਦੀ ਨਾਲ ਨੋਟ ਕਰੀ ਜਾਓ ਕਲਾਸ ਮਿਸ ਨਾ ਕਰਿਓ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨ ਨੇ ਇਹਨਾਂ ਵਿੱਚੋਂ ਬਹੁਤ ਸਾਰੇ ਕੁਐਸਚਨ ਤੁਹਾਨੂੰ ਪੰਜਾਬ ਪੁਲਿਸ ਦਾ ਜੋ ਕਨਸਟੇਬਲ ਦਾ ਇਗਜ਼ਾਮ ਹੋਣ ਜਾ ਰਿਹਾ ਹੈ ਇਹਦੇ ਵਿੱਚ ਪੁੱਛੇ ਹੀ ਪੁੱਛੇ ਜਾਣਗੇ 5 ਤੋਂ 10 ਨੰਬਰ ਤੱਕ ਤੁਹਾਡਾ ਫਾਇਦਾ ਹੋ ਸਕਦਾ ਹੈ 5-10 ਨੰਬਰ ਬਹੁਤ ਬਹੁਤ ਹੁੰਦੇ ਨੇ ਅਗਰ ਤੁਹਾਡੀ ਮੈਟ ਹੈ ਜਿਹੜੀ ਉਹ 1 ਨੰਬਰ ਤੀ ਰਹਿ ਜਾਂਦੀ ਹੈ ਇੱਕ ਵੀ ਛੱਡੋ ਛੋਟੇ ਪੁਆਇੰਟ ਤੇ ਵੀ ਮੈਟ ਹੈ ਜਿਹੜੀ ਉਹ ਪਿੱਟ ਜਾਂਦੀ ਹੈ ਸੋ ਕਰੰਟ ਅਫੇਅਰ ਜ਼ਰੂਰ ਰੀਡ ਕਰੋ ਕਿਵੇਂ ਨਾ ਕਰੋ ਇਸ ਨੂੰ ਯਾਦ ਕਰੋ ਜਿਸ ਬਾਅਦ ਪੈਟਰਨ ਨਾਲ ਤੁਹਾਡੇ ਯਾਦ ਹੁੰਦੇ ਆ ਜ਼ਰੂਰ ਯਾਦ ਕਰੋ ਸੋ ਫਰਵਰੀ ਤੋਂ ਅਗਸਤ ਤੱਕ ਤੁਹਾਨੂੰ ਸਾਰੇ MCQ ਪ੍ਰਸ਼ਨ ਉੱਤਰ ਨੇ ਜਿਦੇ ਵਿੱਚ 올림픽 ਦੇ ਵੀ ਆ ਜਾਣਗੇ ਸਾਰੇ ਕੁਐਸਚਨ ਇਹਦੇ ਵਿੱਚ ਕਵਰ ਹੈ ਜਿਹੜੇ ਹੋ ਜਾਣਗੇ ਸੋ ਇਹ ਕੰਟੀਨਿਊ ਤੁਹਾਨੂੰ ਵੀਡੀਓਸ ਦੀ ਪ੍ਰੋਵਾਈਡ ਕਰਦੇ ਰਾਂਗੇ ਧੰਨਵਾਦ ਜੀ